ਵੀ ਬਹੁਤ ਵਧੀਆ, ਅਤੇ ਹੁਣ ਪੇਪਰਾਂ ਦਾ ਟਾਈਮ ਆ ਉਹਦੇ ਲਈ ਮੋਟੀਵੇਸ਼ਨ ਵੀ ਬਹੁਤ ਜ਼ਿਆਦਾ ਮਿਲਿਆ ਵਾ ਮੂਵੀ ਤੋਂ। ਮਤਲਬ ਜਿਵੇਂ ਨੋਰਮਲ ਬੱਚਿਆਂ ਨੂੰ ਕਹਿੰਦੇ ਹੁੰਦੇ ਆ ਵੀ 8 ਘੰਟੇ ਦੀ ਨੀਂਦ ਜ਼ਰੂਰੀ ਆ, ਤਾਂ ਮੂਵੀ ਤੋਂ ਦੇਖ ਕੇ ਪਤਾ ਲੱਗਿਆ ਵੀ ਜੇ ਆਪਣੇ ਅੰਦਰ ਜੋਸ਼ ਹੋਵੇ ਤਾਂ ਆਪਣੇ ਲਈ ਨੀਂਦ ਕੋਈ ਜ਼ਰੂਰੀ ਨਹੀਂ ਗੀ, ਆਪਾਂ ਕਾਫੀ ਟਾਈਮ ਪੜ੍ਹ ਸਕਦੇ ਹਾਂ। ਸਾਨੂੰ ਇਹ ਸਿੱਖਣ ਨੂੰ ਮਿਲਿਆ ਕਿ ਅਸੀਂ IPS ਮਤਲਬ ਕਿੱਦਾਂ ਬਣ ਸਕਦੇ ਹਾਂ, ਸਾਨੂੰ ਮੋਟੀਵੇਸ਼ਨ ਮਿਲੀ ਉਹ ਤੋਂ ਕਿ ਜਿਹੜੇ ਇੱਕ ਛੋਟੇ ਮਤਲਬ ਕਿ ਛੋਟੇ ਘਰਾਂ ਤੋਂ ਬੱਚੇ ਬਿਲੋਂਗ ਕਰਦੇ ਨੇ ਉਹ ਵੀ IPS ਬਣ ਸਕਦੇ ਨੇ। ਅਤੇ ਸਰ ਮੈਨੂੰ ਲੱਗਦਾ ਹੈ ਕਿ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ, ਜੇਕਰ ਅਸੀਂ ਇੱਕ ਵਾਰ ਫੇਲ ਹੋ ਵੀ ਗਏ ਤਾਂ ਕੋਈ ਗੱਲ ਨਹੀਂ, ਅਸੀਂ ਰੀਸਟਾਰਟ ਕਰਕੇ ਆਪਣੀ ਪੜ੍ਹਾਈ ਦੁਬਾਰਾ ਤੋਂ ਉਸੇ ਜੋਸ਼ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਅਸੀਂ ਪਾਸ ਹੋ ਜਾਵਾਂਗੇ ਪੱਕਾ। ਕਰਦੇ ਹਾਂ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਵੀ, ਜਿਨ੍ਹਾਂ ਨੇ ਇੱਕ ਨਵੇਕਲਾ ਉਪਰਾਲਾ ਕੀਤਾ ਔਰ ਜਿਹਦੇ ਨਾਲ ਸਾਡੇ ਪੰਜਾਬ ਦੇ ਵਿੱਚੋਂ ਜਿਵੇਂ ਕਿ ਆਹ ਦੇਖ ਸਕਦੇ ਹਾਂ ਨਵਾਂ ਯੂਥ ਹੈ, ਇਹ ਮੂਵੀ ਤੋਂ ਇੰਪ੍ਰੈਸ ਹੋ ਕੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਸਟਰੋਂਗ ਕਰਨਗੇ, ਬੱਚੇ ਪੜ੍ਹਨ ਵੱਲ ਧਿਆਨ ਦੇਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚੋਂ ਵੀ IPS ਅਤੇ IAS ਆਫਿਸਰਸ ਨਿਕਲਣਗੇ। ਰੀਸਟਾਰਟ 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 ਰੀਸਟਾਰਟ, ਜੀ ਹਾਂ, ਸ਼ਾਇਦ ਇਹੀ ਉਹ ਸ਼ਬਦ ਨੇ ਜਿਹੜੇ ਦਿਲਾਂ 'ਚ ਜੋਸ਼ ਭਰ ਰਹੇ ਆ, ਭਰੇ ਵੀ ਕਿਉਂ ਨਾ ਜਾਣ। ਅੱਜ ਇੱਕ ਉਪਰਾਲਾ ਹੋਇਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵੱਲੋਂ 9ਵੀਂ 10ਵੀਂ 11ਵੀਂ 12ਵੀਂ ਸਰਕਾਰੀ ਸਕੂਲ ਦੇ ਉਹਨਾਂ ਬੱਚਿਆਂ ਨੂੰ 12th ਫੇਲ 12ਵੀਂ ਫੇਲ ਮੂਵੀ ਦਿਖਾਈ ਗਈ ਹੈ। ਕਿਉਂ ਦਿਖਾਈ ਗਈ ਹੈ ਜਾਣਦੇ ਬੱਚਿਆਂ ਕੋਲੋਂ, ਬੱਚਿਓ ਕੀ ਕੁਛ ਸਿੱਖਣ ਨੂੰ ਮਿਲਿਆ ਅੱਜ ਇਹ ਮੂਵੀ ਦੇਖ ਕੇ? ਸਰ ਸਾਨੂੰ ਇਹ ਸਿੱਖਣ ਨੂੰ ਮਿਲਿਆ ਕਿ ਅਸੀਂ IPS ਮਤਲਬ ਕਿੱਦਾਂ ਬਣ ਸਕਦੇ ਹਾਂ, ਸਾਨੂੰ ਮੋਟੀਵੇਸ਼ਨ ਮਿਲੀ ਉਹ ਤੋਂ ਕਿ ਜਿਹੜੇ ਇੱਕ ਛੋਟੇ ਮਤਲਬ ਕਿ ਛੋਟੇ ਘਰਾਂ ਤੋਂ ਬੱਚੇ ਬਿਲੋਂਗ ਕਰਦੇ ਨੇ ਉਹ ਵੀ IPS ਬਣ ਸਕਦੇ ਨੇ। ਅਤੇ ਸਰ ਮੈਨੂੰ ਲੱਗਦਾ ਹੈ ਕਿ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ, ਜੇਕਰ ਅਸੀਂ ਇੱਕ ਵਾਰ ਫੇਲ ਹੋ ਵੀ ਗਏ ਤਾਂ ਕੋਈ ਗੱਲ ਨਹੀਂ, ਅਸੀਂ ਰੀਸਟਾਰਟ ਕਰਕੇ ਆਪਣੀ ਪੜ੍ਹਾਈ ਦੁਬਾਰਾ ਤੋਂ ਉਸੇ ਜੋਸ਼ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਅਸੀਂ ਪਾਸ ਹੋ ਜਾਵਾਂਗੇ ਪੱਕਾ। ਸੋ ਸਿਵਲ ਸਰਵਿਸਿਜ਼ ਦੀ ਗੱਲ ਹੋ ਰਹੀ ਹੈ, IAS IPS ਇੰਡੀਅਨ ਐਡਮਿਨਿਸਟ੍ਰੇਸ਼ਨ ਸਰਵਿਸਿਸ ਇੰਡੀਅਨ ਪੁਲਿਸ ਸਰਵਿਸਿਸ, ਇਹ 21-22 ਦੇ ਕਰੀਬ ਅਲਾਈਡ ਸਰਵਿਸਿਸ ਹੁੰਦੀਆਂ ਨੇ ਜੋ UPSC ਵੱਲੋਂ ਕਨੈਕਟ ਕੀਤੀਆਂ ਜਾਂਦੀਆਂ ਨੇ। ਸੋ ਕਿਤੇ ਨਾ ਕਿਤੇ ਬੇਸ ਤੋਂ ਕਲੀਅਰ ਹੋਣਾ ਪੈਂਦਾ, ਮੁੱਢ ਬੰਨਣਾ ਪੈਂਦਾ, ਕਿਉਂਕਿ 9ਵੀਂ 10ਵੀਂ 11ਵੀਂ 12ਵੀਂ ਸੀਨੀਅਰ ਕਲਾਸਾਂ ਹੁੰਦੀਆਂ ਨੇ ਸਕੂਲ ਦੀਆਂ, ਫਿਰ ਗ੍ਰੈਜੂਏਸ਼ਨ ਕਰਕੇ ਫਿਰ ਤੁਸੀਂ ਆਫਟਰ ਗ੍ਰੈਜੂਏਸ਼ਨ UPSC ਲਈ ਅਪੀਅਰ ਕਰ ਸਕਦੇ ਹੋ। ਅਤੇ ਕਿਵੇਂ ਇਹ ਜੋ ਬੱਚੇ ਨੇ, ਕਿਹਾ ਜਾਂਦਾ ਜੀ ਨੌਜਵਾਨ ਪੀੜ੍ਹੀ ਹੈ ਇਹ ਕਿਸੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਅਤੇ ਜੇ ਪੜ੍ਹੇ ਲਿਖੇ ਹੋਣਗੇ ਤਾਂ ਰੀੜ੍ਹ ਦੀ ਹੱਡੀ ਵੀ ਮਜ਼ਬੂਤ ਹੋਊਗੀ ਅਤੇ ਆਪਣੇ ਆਪ 'ਚ ਸਿਵਲ ਸਰਵਿਸ 'ਚ ਲਿਆ ਕੇ ਅਫਸਰ ਬਣ ਕੇ ਬਹੁਤ ਕੁਛ ਕਰ ਸਕਦੇ ਹੋ। ਗੱਲਬਾਤ ਕਰਦੇ ਹਾਂ ਨੌਜਵਾਨ ਵੀਰ ਕੋਲ ਖੜ੍ਹੇ ਹੋਏ ਨੇ, ਹਾਂਜੀ ਕਿਵੇਂ ਲੱਗਿਆ ਮੂਵੀ ਦੇਖ ਕੇ, ਕੀ ਮਨ 'ਚ ਜੋਸ਼ ਆਏ ਨੇ, ਕੀ ਦਿਮਾਗ 'ਚ ਖਿਆਲ ਆਏ ਨੇ? ਵਧੀਆ ਲੱਗੀ, ਪਹਿਲਾਂ ਤਾਂ ਮੂਵੀ ਬਹੁਤ ਵਧੀਆ, ਅਤੇ ਹੁਣ ਪੇਪਰਾਂ ਦਾ ਟਾਈਮ ਆ ਉਹਦੇ ਲਈ ਮੋਟੀਵੇਸ਼ਨ ਵੀ ਬਹੁਤ ਜ਼ਿਆਦਾ ਮਿਲਿਆ ਵਾ ਮੂਵੀ ਤੋਂ। ਮਤਲਬ ਜਿਵੇਂ ਨੋਰਮਲ ਬੱਚਿਆਂ ਨੂੰ ਕਹਿੰਦੇ ਹੁੰਦੇ ਆ ਵੀ 8 ਘੰਟੇ ਦੀ ਨੀਂਦ ਜ਼ਰੂਰੀ ਆ, ਤਾਂ ਮੂਵੀ ਤੋਂ ਦੇਖ ਕੇ ਪਤਾ ਲੱਗਿਆ ਵੀ ਜੇ ਆਪਣੇ ਅੰਦਰ ਜੋਸ਼ ਹੋਵੇ ਤਾਂ ਆਪਣੇ ਲਈ ਨੀਂਦ ਕੋਈ ਜ਼ਰੂਰੀ ਨਹੀਂ ਗੀ, ਆਪਾਂ ਕਾਫੀ ਟਾਈਮ ਪੜ੍ਹ ਸਕਦੇ ਹਾਂ ਲਗਾਤਾਰ। ਹੋਰ ਬੱਚਿਆਂ ਦਾ, ਹਾਂ ਬੱਚੇ ਕੋਲ ਬੋਲਣਾ ਚਾਹੁੰਦਾ, ਹਾਂਜੀ ਪਤਾ ਕੀ ਕੁਛ ਸਿੱਖਣ ਨੂੰ ਮਿਲਿਆ, ਕੀ ਮੇਰੇ ਮਨ ਦੱਸੋ? ਮੂਵੀ ਦੇਖ ਕੇ ਮੈਨੂੰ ਲੱਗਿਆ ਕਿ ਸਾਨੂੰ ਵੀ ਇੱਦਾਂ ਹੀ ਮਿਹਨਤ ਕਰਨੀ ਚਾਹੀਦੀ ਹੈ ਜਿੰਨਾ ਉਹਨਾਂ ਨੇ ਕੀਤੀ ਹੈ। ਮੈਂ ਵੀ ਚਾਹੁੰਦੀ ਹਾਂ ਕਿ ਜਿਹਦਾ ਉਹ ਕਿੰਨੀ ਵਾਰ ਫੇਲ ਹੋਣ ਦੇ ਬਾਵਜੂਦ ਵੀ ਉਹ ਪਾਸ ਹੋ ਗਿਆ, ਮੈਂ ਵੀ ਇਸੇ ਤਰ੍ਹਾਂ ਮਿਹਨਤ ਕਰਨਾ ਚਾਹੁੰਦੀ ਹਾਂ ਅਤੇ ਕਰਾਂਗੀ। ਠੀਕ ਹੈ, ਵਾਹ ਜੀ ਵਾਹ। ਸੋ ਬਹੁਤ ਹੀ ਜੋ ਜ਼ਿਆਦਾ ਇੱਕ ਜੋਸ਼ ਦੇਖਣ ਨੂੰ ਮਿਲ ਰਿਹਾ। ਹਾਂਜੀ ਨੌਜਵਾਨ ਵੀਰ, ਕਿਵੇਂ ਲੱਗਦਾ ਮੂਵੀ 'ਚੋਂ ਕੀ ਸੇਧ ਮਿਲੀ ਹੈ?
ਬਹੁਤ ਵਧੀਆ ਮੂਵੀ ਆ ਅਤੇ ਇੱਕ ਬੋਰਡ ਪੇਪਰ ਤੋਂ ਪਹਿਲਾਂ ਜਿਨ੍ਹਾਂ ਨੇ ਇਹ ਮੋਟੀਵੇਸ਼ਨ ਦੇ ਕੇ ਉਪਰਾਲਾ ਕੀਤਾ, ਮੈਨੂੰ ਲੱਗਦਾ ਕਿ ਇਹਦਾ ਰਿਜ਼ਲਟ ਇਹਨਾਂ ਨੂੰ ਬੋਰਡ ਪੇਪਰਾਂ 'ਚ ਬਹੁਤ ਵਧੀਆ ਮਿਲੂਗਾ। ਕਿਆ ਬਾਤ ਹੈ, ਕਿਆ ਪਤਾ। ਸੋ ਬੜਾ ਪਿਆਰਾ ਮੁੰਡੇ ਨੇ ਗੱਲ ਕਹੀ ਹੈ ਕਿ ਬਿਲਕੁਲ ਬੋਰਡ ਇਗਜ਼ਾਮ ਤੋਂ ਥੋੜ੍ਹੇ ਦਿਨ ਪਹਿਲਾਂ ਜਿਸ ਤਰ੍ਹਾਂ ਸਾਨੂੰ ਮੂਵੀ ਦਿਖਾਈ ਗਈ ਹੈ ਤਾਂ ਇਹਦਾ ਕਿਤੇ ਨਾ ਕਿਤੇ ਇੱਕ ਪੋਜ਼ੀਟਿਵ ਜਿਹੜਾ ਐਟੀਟਿਊਡ ਹੈ ਉਹ ਸਾਡੇ ਵਿੱਚ ਆ ਜਾਂਦਾ। ਉਹਦੇ ਨਾਲ ਕੀ ਹੈ ਕਿ ਜਿਹੜੇ ਬੋਰਡ ਇਗਜ਼ਾਮ ਨੇ ਤਿਆਰੀ ਕਰਨ ਦਾ ਮਨ ਕਰੂਗਾ, ਡਟ ਕੇ ਤਿਆਰੀ ਕਰਾਂਗੇ ਅਤੇ ਰਿਜ਼ਲਟ ਹੈ ਉਹ ਵੀ ਸਰਕਾਰੀ ਦਰਬਾਰੇ ਸਰਕਾਰੀ ਸਕੂਲਾਂ ਦੇ ਨਾਲ ਬੱਚੇ ਵਧੀਆ ਲੈ ਕੇ ਆਉਣਗੇ। ਹੋਰ ਦੇਖ ਸਕਦੇ ਹੋ ਅਤੇ ਹੋਰ ਪਿਆਰੇ ਬੱਚੇ ਕੋਲ ਖੜੇ ਨੇ। ਹਾਂਜੀ ਪੁੱਤ, ਕੀ ਕੁਛ ਸਿੱਖਣ ਨੂੰ ਮਿਲਿਆ, ਕੀ ਦੇ? ਸਰ, ਇਟ ਇਜ਼ ਨੋਟ ਅ ਮੂਵੀ, ਇਟਸ ਜਸਟ ਐਕਚੁਅਲ ਇੰਸਪੀਰੇਸ਼ਨ। ਇਫ ਦੇ ਕੈਨ ਡੂ, ਵੀ ਕੈਨ ਰੀਅਲੀ ਡੂ। ਇਟਸ ਨੋਟ ਅ ਫੇਕ ਸਟੋਰੀ, ਇਟਸ ਅ ਰੀਅਲ ਸਟੋਰੀ, ਐਂਡ ਦਿਸ ਇਜ਼ ਦ ਰੀਅਲ ਮੂਵੀ ਵਿਚ ਵੀ ਵਾਂਟ। ਐਂਡ ਥੈਂਕ ਯੂ ਗਵਰਨਮੈਂਟ ਫੋਰ ਪ੍ਰੋਵਾਈਡਿੰਗ ਫੋਰ ਦਿਸ ਮੂਵੀ। ਥੈਂਕ ਯੂ ਸੋ ਮਚ। ਕਿਆ ਬਾਤ ਹੈ। ਸੋ ਦ ਗਰਲ ਸਟੂਡੈਂਟਸ ਦੇ ਆਰ ਥੈਂਕਿੰਗ ਦ ਗਵਰਨਮੈਂਟ, ਅਤੇ ਉਹ ਆਪ ਕਹਿ ਰਹੇ ਆ ਕਿ ਜੀ ਹਾਂ, ਸਰਕਾਰ ਦਾ ਇਹ ਜਿਹੜਾ ਐਫਰਟ ਹੈ ਬੜਾ ਸੋਹਣਾ ਐਫਰਟ ਹੈ। ਸੋ ਹੋਰ ਗੱਲਬਾਤ ਕਰਦੇ ਹਾਂ ਬੱਚਿਆਂ ਦੇ ਨਾਲ। ਬੱਚੇ ਕਿਵੇਂ ਲੱਗਿਆ ਮੂਵੀ ਦੇਖ ਕੇ? ਕੀ ਬਾਤ ਮੂਵੀ? ਬਸ ਰੀਅਲੀ ਨਾਈਸ, ਆਈ ਰੀਅਲੀ ਲਾਈਕ ਦ ਮੂਵੀ। ਐਂਡ ਸੋ ਕਿਤੇ ਨਾ ਕਿਤੇ ਮੂਵੀ ਨੂੰ ਵਾਕਈ ਪਸੰਦ ਕੀਤਾ ਗਿਆ। ਸੋ ਹਾਂਜੀ, ਕਿਵੇਂ ਲੱਗਿਆ ਜੀ ਮੂਵੀ ਦੇਖ ਕੇ? ਕਿਹੜੇ ਜੋਸ਼ ਆਏ ਨੇ ਅੱਗੇ, ਜਿਵੇਂ ਦਿਲ ਦਿਮਾਗ 'ਚ ਉਤਰਾਅ ਚੜਾਅ ਹੁੰਦੇ ਨੇ, ਐਤਕੀ ਹੁਣ ਮਨ ਕਿਵੇਂ ਮਜ਼ਬੂਤ ਹੋਇਆ? ਮਨ ਜੀ ਪਹਿਲਾਂ ਵੀ ਸਟੇਬਲ ਹੀ ਰਹਿੰਦਾ, ਕੌਨਫੀਡੈਂਸ ਆਈ ਰਹਿੰਦਾ, ਮੋਟੀਵੇਟਡ ਪਹਿਲਾਂ ਵੀ ਰਹਿੰਦੇ ਆਈ ਤਾਂ ਹੀ, ਅਤੇ ਹੁਣ ਮੂਵੀ ਨੂੰ ਦੇਖ ਕੇ ਇੱਕ ਤਾਂ ਬਹੁਤ ਹੀ ਜ਼ਿਆਦਾ ਬਹੁਤ ਚੰਗਾ ਲੱਗਿਆ। ਇੱਕ ਤਾਂ ਇਹੋ ਜਿਹੀਆਂ ਮੂਵੀਆਂ ਹੋਰ ਵੀ ਆਉਣੀਆਂ ਚਾਹੀਦੀਆਂ ਨੇ ਜੀ, ਅਤੇ ਇਗਜ਼ਾਮ ਸਾਡੇ ਪ੍ਰੀ ਬੋਰਡ ਵੀ ਆ ਗਏ, ਬਸ ਦੋ ਦਿਨ ਰਹਿ ਗਏ ਜੀ, ਉਹਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਮਤਲਬ ਬੈਨੀਫਿਟ ਹੋਊਗਾ ਸਾਨੂੰ, ਅਤੇ ਬੋਰਡ ਦੇ ਲਈ ਤਾਂ ਬਹੁਤ ਜ਼ਿਆਦਾ ਮਤਲਬ ਇਹਦੇ ਨਾਲ ਸਾਨੂੰ ਬਹੁਤ ਵਧੀਆ ਲੱਗ ਰਹੀ। ਮੈਂ ਇੱਕ ਤਾਂ ਇਹੋ ਜਿਹੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਨੇ। ਸੋ ਸਿਵਿਲ ਸਰਵਿਸ ਐਸਪੀਰੈਂਟਸ ਵਾਸਤੇ ਜਾਂ ਐਸਪੀਰੈਂਟਸ ਕ੍ਰੀਏਟ ਕਰਨ ਵਾਸਤੇ ਅਜਿਹੀ ਮੂਵੀਜ਼ ਜ਼ਰੂਰੀ ਹੁੰਦੀਆਂ ਨੇ, ਅਤੇ ਦੇਖ ਸਕਦੇ ਹੋ ਕਿ ਬੱਚਿਆਂ ਦੇ ਜਿਹੜੇ ਦਿਲ ਦਿਮਾਗ ਨੇ ਉਹ ਹੋਰ ਜ਼ਿਆਦਾ ਮਜ਼ਬੂਤ ਹੋਏ ਹੋਏ ਨੇ। ਬੱਚੇ ਹੁਣ ਦਿਲੋਂ ਹੋਰ ਮਿਹਨਤ ਕਰਦੇ ਆ, ਕਿਉਂਕਿ ਵੱਡੇ ਹੋ ਕੇ ਕੁਝ ਨਾ ਕੁਝ ਬੰਨਣਾ ਇਹ ਸੁਪਨਾ ਹੁੰਦਾ ਬੱਚਿਆਂ ਦਾ, ਅਤੇ ਕਿਤੇ ਨਾ ਕਿਤੇ ਇਸ ਸੁਪਨੇ ਨੂੰ ਸੱਚ ਕਰਨ ਵਾਸਤੇ ਸਰਕਾਰ ਉਪਰਾਲੇ ਕਰ ਰਹੀ ਹੈ। ਹੋਰ ਬੱਚਾ ਕੋਈ ਬੋਲਣਾ ਚਾਹੁੰਦਾ ਪੁੱਤੇ? ਹਾਂਜੀ, ਸਰ, ਆਈ ਥਿੰਕ ਇਟਸ ਅ ਬੈਸਟ ਮੂਵੀ। ਇੱਕ ਸਟੂਡੈਂਟ ਦੀ ਲਾਈਫ 'ਚ ਇੱਕ ਇਹੋ ਜਿਹੀ ਸਟੇਜ ਹੁੰਦੀ ਹੈ ਜਦੋਂ ਉਹਨੂੰ ਮੋਟੀਵੇਸ਼ਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਸਮਾਂ ਹਮੇਸ਼ਾ ਲੰਘਦਾ ਰਹਿੰਦਾ, ਜ਼ਿੰਦਗੀ ਲੰਘਦੀ ਰਹਿੰਦੀ ਹੈ, ਪਰ ਜੋ ਇਸ ਇੱਕੋ ਹੀ ਸ਼ਬਦ ਜੋ ਸਾਡੀ ਜ਼ਿੰਦਗੀ ਬਦਲ ਸਕਦਾ, ਜਸਟ ਰੀਸਟਾਰਟ, ਉਹ ਕਦੋਂ ਵੀ ਕਰ ਸਕਦੇ ਹਾਂ। ਸਰ, ਸਭ ਤੋਂ ਪਹਿਲੇ ਮੂਵੀ ਦਿਖਾਉਣ ਤੋਂ ਪਹਿਲੇ ਮੈਂ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਆਪਣੇ DC ਮੈਮ ਸੁਰਭੀ ਮਲਿਕ ਜੀ ਦਾ, ਅਤੇ SDM ਸਾਹਿਬ ਡਾਕਟਰ ਹਰਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਦੇ ਬੱਚਿਆਂ ਨੂੰ ਇੱਕ ਮੋਟੀਵੇਸ਼ਨਲ ਮੂਵੀ ਦਿਖਾਉਣ ਦਾ ਜੋ ਸਾਨੂੰ ਇੱਕ ਮੌਕਾ ਦਿੱਤਾ ਹੈ। ਆਈ ਐਮ ਰੀਅਲੀ ਥੈਂਕਫੁਲ ਟੂ ਦੈਮ। ਅੱਜ ਦੀ ਜਿਹੜੀ ਮੂਵੀ ਹੈ 12th ਫੇਲ, ਸਾਡੇ ਜਿਹੜੇ ਸਕੂਲ ਆਫ ਐਮੀਨੈਂਸ ਦੇ ਬੱਚੇ ਨੇ, ਅਸੀਂ ਉਹਨਾਂ ਨੂੰ ਦਿਖਾਈ ਹੈ। ਮੇਰੇ ਸਕੂਲ ਆਫ ਐਮੀਨੈਂਸ ਦੇ ਬੱਚੇ ਔਰ ਨਾਲ ਦੀ ਨਾਲ ਮੈਰੀਟੋਰੀ ਸਕੂਲ ਦੇ ਬੱਚਿਆਂ ਨੇ ਇਹ ਮੂਵੀ ਅੱਜ ਦੇਖੀ ਹੈ। ਤਾਂ ਮੈਨੂੰ ਇਹ ਬਹੁਤ ਖੁਸ਼ੀ ਹੋ ਰਹੀ ਹੈ ਇਹਨਾਂ ਬੱਚਿਆਂ ਨੂੰ ਇਹ ਮੂਵੀ ਦਿਖਾ ਕੇ, ਅਤੇ ਉਹ ਇਹਨਾਂ ਦੇ ਨਾਲ ਪ੍ਰੈਜੈਂਸ ਦੇ ਕੇ ਕਿ ਇਹ ਜਿਹੜੀ ਮੂਵੀ ਹੈ ਇਹਨਾਂ ਬੱਚਿਆਂ ਦੀ ਲਾਈਫ ਨੂੰ ਇੱਕ ਮੋਟੀਵੇਸ਼ਨ ਦੇਗੀ, ਅਤੇ ਉਹਨਾਂ ਨੂੰ ਇੱਕ ਜਿਹੜਾ ਸੈਲਫ ਕੌਨਫੀਡੈਂਸ, ਔਰ ਦੂਸਰਾ ਹੈ ਕਿ ਅਗਰ ਕੋਈ ਫੇਲ ਹੋ ਜਾਂਦਾ ਹੈ ਤਾਂ ਉਹਦੇ ਲਈ ਆਪਾਂ ਰੀਸਟਾਰਟ ਕਿੱਦਾਂ ਕਰਨਾ ਹੈ, ਉਹਦੇ ਲਈ ਇਹਨਾਂ ਨੂੰ ਬਹੁਤ ਵੱਡਾ ਪ੍ਰੋਤਸਾਹਨ ਦੇਵੇਗੀ। ਆਈ ਐਮ ਰੀਅਲੀ ਥੈਂਕਫੁਲ ਟੂ ਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ। ਸਕੂਲ ਆਫ ਐਮੀਨੈਂਸ ਦੇ 9th ਦੇ ਮੈਰਿਟ ਵਾਲੇ ਬੱਚੇ ਔਰ 11th ਵਾਲੇ ਮੈਰਿਟ ਵਾਲੇ ਬੱਚੇ, ਅਤੇ ਔਰ +1 ਦੇ +2 ਦੇ ਬੱਚੇ ਮੈਰੀਟੋਰੀਅਸ ਦੇ ਬੱਚਿਆਂ ਨੂੰ ਮੂਵੀ ਦਿਖਾਈ ਗਈ। ਮੈਸੇਜ ਬੱਚਿਆਂ ਨੂੰ, ਇਹ ਤੁਹਾਨੂੰ ਬੱਚੇ ਆਪਣੇ ਸ਼ਬਦਾਂ ਨਾਲ ਕਲੀਅਰ ਕਰਨਗੇ। ਮੇਰੇ ਵੱਲੋਂ ਤਾਂ ਇਹੀ ਹੈ ਕਿ ਇਹਨਾਂ ਬੱਚਿਆਂ ਦੇ ਨਾਲ ਇਹ ਮੂਵੀ ਦੇਖ ਕੇ ਮੈਨੂੰ ਵੀ ਇਹ ਲੱਗਾ ਕਿ ਮੈਨੂੰ ਇਹ ਚਿਹਰੇ ਦਿਖਣ ਲੱਗ ਗਏ ਨੇ ਕਿ ਅੱਜ ਇਹਨਾਂ ਦੇ ਵਿੱਚੋਂ ਕੱਲ੍ਹ ਨੂੰ ਮੈਂ ਕੋਈ IPS ਅਤੇ ਕੋਈ IAS ਦੇਖ ਪਾਵਾਂਗੀ। ਤੁਸੀਂ ਬੱਚਿਆਂ ਦੇ ਵਿਊਜ਼ ਲਓ। ਵੈਸੇ ਤੁਹਾਨੂੰ DO ਮੈਮ ਨੇ ਬਰੀਫ ਕੀਤਾ ਹੀ ਹੈ, ਅਸੀਂ ਨਾਲ ਦੀ ਨਾਲ ਧੰਨਵਾਦ ਕਰਦੇ ਹਾਂ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਵੀ, ਜਿਨ੍ਹਾਂ ਨੇ ਇੱਕ ਨਵੇਕਲਾ ਉਪਰਾਲਾ ਕੀਤਾ, ਔਰ ਜਿਹਦੇ ਨਾਲ ਸਾਡੇ ਪੰਜਾਬ ਦੇ ਵਿੱਚੋਂ ਜਿਵੇਂ ਕਿ ਆਹ ਦੇਖ ਸਕਦੇ ਹਾਂ ਨਵਾਂ ਯੂਥ ਹੈ,
ਇਹ ਮੂਵੀ ਤੋਂ ਇੰਪ੍ਰੈਸ ਹੋ ਕੇ ਆਪਣੇ ਆਪ ਨੂੰ ਥੋੜ੍ਹਾ ਜਿਹਾ ਸਟਰੋਂਗ ਕਰਨਗੇ, ਬੱਚੇ ਪੜ੍ਹਨ ਵੱਲ ਧਿਆਨ ਦੇਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚੋਂ ਵੀ IPS ਅਤੇ IAS ਆਫਿਸਰਸ ਨਿਕਲਣਗੇ। ਇਹਦੇ ਨਾਲ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਬਹੁਤ ਖੁਸ਼ੀ ਹੋਏਗੀ ਔਰ ਸਾਡੇ ਪੰਜਾਬ ਦਾ ਵੀ ਨਾਮ ਉੱਚਾ ਹੋਏਗਾ। ਥੈਂਕ ਯੂ। ਤੋ ਗੱਲ ਫਿਰ ਉਹੀ ਹੈ ਕਿ ਇੱਕ ਸ਼ਬਦ ਰੀਸਟਾਰਟ, ਥੱਕਣਾ ਨਹੀਂ ਹੈ, ਹਾਰਨਾ ਨਹੀਂ ਹੈ, ਮਨ ਟੁੱਟਣ ਨਹੀਂ ਦੇਣਾ। ਜੇਕਰ ਜ਼ਿੰਦਗੀ 'ਚ ਉਤਰਾਵ ਚੜਾਵ ਆਉਂਦੇ ਆ, ਕਹਿੰਦੇ ਜਿਹੜੀ ਇੱਕ ਸਿੱਧੀ ਲਾਈਨ ਹੁੰਦੀ ਹੈ ਇਹ ਤਾਂ ਡੈਡ ਹੀ ਹੁੰਦੀ ਹੈ, ਜਦੋਂ ਲਾਈਨ ਉੱਪਰ ਥੱਲੇ ਹੋਵੇ ਤਾਂ ਕਿਤੇ ਨਾ ਕਿਤੇ ਇੱਕ ਲਾਈਫ ਲਾਈਨ ਬਣੀ ਹੁੰਦੀ ਹੈ। ਸੋ ਰੀਸਟਾਰਟ ਇੱਕ ਉਹ ਸ਼ਬਦ ਹੈ ਜਿਹੜੇ ਸ਼ਬਦ ਨੇ ਜਾਨ ਫੁੱਕੀ ਹੈ ਇਹਨਾਂ ਸਕੂਲ ਦੇ ਸੀਨੀਅਰ ਲੈਵਲ ਦੇ ਬੱਚਿਆਂ ਦੇ ਵਿੱਚ, ਕਿਉਂਕਿ ਸਿਵਲ ਸਰਵਿਸਿਜ਼ ਵਾਸਤੇ ਐਸਪੀਰੇਸ਼ਨ ਰੱਖਣਾ, ਪੜ੍ਹ ਲਿਖ ਕੇ ਕਾਲਜ ਡਿਗਰੀ ਤੱਕ ਜਾਣਾ ਅਤੇ ਉਸ ਤੋਂ ਬਾਅਦ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜੋ ਸਿਵਲ ਸਰਵਿਸਿਜ਼ ਦੇ ਇਗਜ਼ਾਮ ਕੰਡਕਟ ਹੁੰਦੇ ਨੇ ਉਹਨਾਂ ਵਾਸਤੇ ਅਪੀਅਰ ਹੋਣਾ, ਅਤੇ ਉੱਥੇ ਵੀ ਕਈ ਵਾਰ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਚਾਰ ਅਟੈਂਪਟ ਤੱਕ ਕਰਨੇ ਪੈ ਜਾਂਦੇ ਨੇ, ਅਤੇ ਉਹ ਅਟੈਂਪਟਾਂ ਦੇ ਵੇਲੇ ਫਿਰ ਵੀ ਰੀਸਟਾਰਟ ਰੱਖਣਾ, ਮਨ ਨਹੀਂ ਹਾਰਨਾ। ਪੁੱਤ ਕਿਵੇਂ ਲੱਗਿਆ ਜੀ ਮੂਵੀ ਦੇਖ ਕੇ, ਕੀ ਸਿੱਖਣ ਨੂੰ? ਸਰ ਮੂਵੀ ਦੇਖ ਕੇ ਬਹੁਤ ਵਧੀਆ ਲੱਗਿਆ, ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ। ਜਿਵੇਂ ਇਸ ਵਿੱਚ ਜੋ IPS ਆਫਿਸਰ ਸੀ ਉਸ ਕੋਲ ਪ੍ਰੋਪਰ ਸਟੱਡੀ, ਇੱਕ ਪ੍ਰੋਪਰ ਇਨਵਾਇਰਮੈਂਟ ਵੀ ਨਹੀਂ ਸੀਗਾ, ਬਟ ਸਾਡੇ ਕੋਲ ਤਾਂ ਇੱਕ ਚੇਅਰ ਵੀ, ਇੱਕ ਟੇਬਲ ਵੀ, ਪ੍ਰੋਪਰ ਇਨਵਾਇਰਮੈਂਟ, ਅਤੇ ਅਸੀਂ ਕਿਤੇ ਜ਼ਿਆਦਾ ਵਧੀਆ ਕਰ ਸਕਦੇ ਹਾਂ। ਇਟ ਇਜ਼ ਵੈਰੀ ਮੋਟੀਵੇਸ਼ਨਲ ਮੂਵੀ। ਹਮਾਰੇ ਲਾਈਫ ਮੇਂ ਬਹੁਤ ਐਸੇ ਮਤਲਬ ਆਤੇ ਹੈ ਸਿਚੁਏਸ਼ਨ ਜਬ ਹਮੇ ਨਹੀਂ ਕਰ ਪਾਤੇ ਹਮ, ਇਸ ਮੂਵੀ ਕੋ ਦੇਖ ਕੇ ਫੀਲ ਹੋਆ ਕਿ ਨਹੀਂ, ਐਸਾ ਨਹੀਂ ਹੈ ਕਿ ਹਮ ਪਿੱਛੇ ਹੋ ਜਾਏਂਗੇ ਜਾਂ ਕੁਛ ਹੋਰ, ਨਹੀਂ, ਹਮ ਕਰ ਸਕਤੇ ਹੈ ਔਰ ਹਮੇ ਐਸੇ ਹੀ ਆਗੇ ਬੜ੍ਹਤੇ ਰਹਿਣਾ ਚਾਹੀਏ। ਦਿਲ ਚ ਕੀ ਹੈ ਵੀ ਲਾਈਫ ਚ ਕੀ ਬਣਨਾ? ਲਾਈਫ ਮੇਂ ਤੋ ਮੈਨੇ ਤਾਂ ਸੋਚਿਆ ਮੈਨੇ ਏਮਸ ਮੇਂ ਜਾਣਾ ਹੈ, ਤੋ ਇਸ ਦੇਖ ਕੇ ਤੋ ਔਰ ਵੀ ਜ਼ਿਆਦਾ ਨਹੀਂ ਮੈਂ ਕਰ ਲੂੰਗੀ। ਸੋ ਜ਼ਿੰਦਗੀ ਚ ਫੀਲਡ ਬਹੁਤ ਹੁੰਦੇ ਨੇ, ਬਹੁਤ ਕੁਛ ਬੋਲਿਆ ਕੁਛ ਬਾਜ ਜੀ ਬਾਜ। ਹਾਂਜੀ, ਇਹ ਬਹੁਤ ਜ਼ਿਆਦਾ ਮੋਟੀਵੇਸ਼ਨ ਮੂਵੀ ਸੀ। ਬਸ ਮੈਂ ਇਹ ਮੂਵੀ ਦੇਖ ਕੇ ਮੈਨੂੰ ਇਹ ਪਤਾ ਲੱਗਿਆ ਕਿ ਮੈਂ CA ਕਰ ਸਕਦੀ ਹਾਂ, ਮੈਂ ਕਲੀਅਰ, ਮੇਰਾ CA ਕਲੀਅਰ ਹੋ ਜੂਗਾ। ਹਾਂਜੀ ਬਸ। ਸੋ ਅਲੱਗ ਅਲੱਗ ਫੀਲਡਸ ਹੁੰਦੇ ਨੇ, ਚਾਹੇ ਸਿਵਲ ਸਰਵਿਸ ਨੇ, ਚਾਹੇ ਡਾਕਟਰ ਬਣਨਾ, ਐਡਵੋਕੇਟ ਬਣਨਾ, ਅਫਸਰ ਬਣਨਾ, ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਕਈ ਕੁਛ ਲਾਈਫ ਦੇ ਵਿੱਚ ਐਕਸਪੈਕਟੇਸ਼ਨਸ ਹੁੰਦੀਆਂ ਨੇ ਬੱਚੇ ਦੀਆਂ। ਸੋ ਫੀਲਡ ਕੋਈ ਵੀ ਹੋਵੇ, ਇਹ ਜ਼ਰੂਰੀ ਨਹੀਂ ਹੈ ਕਿ ਸਿਵਲ, ਆਪਾਂ ਸਿਵਲ ਸਰਵਿਸਿਜ਼ ਹੀ ਕਰਨੀਆਂ ਨੇ। ਸਿਵਲ ਸਰਵਿਸਿਜ਼ ਦਾ ਤਾਂ ਇੱਕ ਇੱਥੇ ਇਗਜ਼ੈਂਪਲ ਕੋਟ ਕੀਤੀ ਗਈ ਹੈ, ਸੋ ਇਸ ਸਿਵਲ ਸਰਵਿਸਿਜ਼ ਦੇ ਇਗਜ਼ੈਂਪਲ ਦੇ ਨਾਲ ਬੱਚਿਆਂ ਦੇ ਵਿੱਚ ਜੋ ਜੋਸ਼ ਫੂਕਿਆ ਗਿਆ, ਜਿਵੇਂ ਇੱਕ ਬੱਚੇ ਨੇ ਕਿਹਾ ਕਿ ਮੈਂ CA ਬਣਨਾ ਚਾਹੁੰਦੀ ਹਾਂ, ਇੱਕ ਬੱਚੀ ਕਹਿ ਰਹੀ ਹੈ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ, ਏਮਸ ਤੱਕ ਜਾਣਾ ਚਾਹੁੰਦੀ ਹਾਂ, ਸੋ ਕਿਤੇ ਨਾ ਕਿਤੇ ਜਿਹੜਾ ਇੱਕ ਮੁੱਢ ਹੈ, ਬੇਸ ਹੈ, ਉਹ ਹੈ ਰੀਸਟਾਰਟ। ਜ਼ਿੰਦਗੀ 'ਚ ਹਾਰਨਾ ਨਹੀਂ ਹੈ, ਅੱਕਣਾ ਨਹੀਂ ਹੈ, ਥੱਕਣਾ ਨਹੀਂ ਹੈ। ਜਦੋਂ ਵੀ ਕਦੀ ਇਉਂ ਲੱਗੇ ਕਿ ਮੈਂ ਇਹ ਕਰ ਨਹੀਂ ਸਕਦਾ, ਕਰ ਨਹੀਂ ਸਕਦੀ, ਥੋੜ੍ਹਾ ਜਿਹਾ ਡੀਪ ਬਰੀਥ ਲੈਣਾ, ਸਾਹ ਲੈਣਾ, ਸੋਚਣਾ ਕਿ ਕੁਦਰਤ ਨੇ, ਇਨਵਾਇਰਮੈਂਟ ਨੇ ਸਾਨੂੰ ਕੀ ਕੁਛ ਦਿੱਤਾ, ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਰੀਸਟਾਰਟ ਕਰਦਿਆਂ ਹੋਇਆਂ ਆਪਣੀ ਮੰਜ਼ਿਲ ਵੱਲ ਨੂੰ ਕੂਚ ਕਰਨਾ ਹੈ, ਅਤੇ ਜਿਹੜਾ ਟੀਚਾ ਦਿਮਾਗ 'ਚ ਰੱਖਿਆ ਹੋਇਆ, ਦਿਮਾਗ 'ਚ ਲਿਆ ਹੋਇਆ, ਉਹਨੂੰ ਪੂਰਾ ਜ਼ਰੂਰ ਕਰਨਾ। ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਵਪ੍ਰੀਤ ਸਿੰਘ ਬੇਦੀ, ਲੁਧਿਆਣਾ ਲਾਈਵ ਨਿਊਜ਼।